ਦਿਲ ਵੱਜਦਾ ਓਏ ਕਿਤੇ ਪਟਾਕੇ ਪਾਏ ਕਿ ਇਹਨਾਂ ਨੂੰ ਹੁਣ ਜੱਟ ਯਮਲਾ ਮਿਲ ਚੁੱਕਿਆ, ਭਾਵੇਂ ਉਹ ਰੀਅਲ ਲਾਈਫ ਦੇ ਵਿੱਚ ਹੀ ਮਿਲਿਆ, ਰੀਅਲ ਲਾਈਫ ਦੇ ਵਿੱਚ ਮਿਲਿਆ ਕਿ ਨਹੀਂ ਮਿਲਿਆ ਇਹਨਾਂ ਤੋਂ ਹੀ ਪੁੱਛ ਲੈਂਦੇ ਹਾਂ। ਸਾਡੇ ਨਾਲ ਨੇ ਜੀ ਪੰਜਾਬ ਦੇ ਵਰਲਡ ਫੇਮਸ ਕਲਾਕਾਰ, ਲਓ ਜੀ ਤੁਹਾਡੀ ਫਰਮਾਇਸ਼ 'ਤੇ ਪੇਸ਼ ਕਰ ਰਹੇ ਹਾਂ ਸੁਨੰਦਾ ਸੁਨੰਦਾ ਸੁਨੰਦਾ, ਸਵਾਗਤ ਪੀਟੀਸੀ 'ਚ ਤੁਹਾਡਾ। ਥੈਂਕ ਯੂ ਸੋ ਮੱਚ ਯੂਆਰ ਪੀਟੀਸੀ ਦੇਖ। ਸੋ ਜੱਟ ਯਮਲਾ ਫਾਈਨਲੀ ਮਿਲ ਚੁੱਕਿਆ ਰੀਅਲ ਲਾਈਫ ਦੇ ਵਿੱਚ ਜਾਂ ਰੀਅਲ ਦੇ ਵਿੱਚ? ਚਲੋ ਸੋਚ ਤੁਹਾਡੀ ਮਿਲੇ ਔਰ ਦੋਨਾਂ ਤੁਸੀਂ ਇਕੱਠੇ ਕੰਮ ਕਰੋ, ਇਹ ਵੀ ਸਾਡੀ ਵੱਲੋਂ ਇੱਕ ਬੈਸਟ ਵਿਸ਼ਿਸ਼ ਨੇ। ਬਟ ਜੱਟ ਯਮਲਾ ਦੇ ਰਿਸਪੋਂਸ ਦੀ ਗੱਲ ਕਰੀਏ, ਟਿਪੀਕਲ ਉਹਦੇ ਵਿੱਚ ਉਹੀ ਕਿਰਦਾਰ ਜਿਵੇਂ ਪਹਿਲਾਂ ਤੁਹਾਡੇ ਗਾਣਿਆਂ ਦੇ ਵਿੱਚ ਨਜ਼ਰ ਆਉਂਦਾ ਸੀਗਾ, ਪ੍ਰੋਪਰ ਪੰਜਾਬੀ ਸੂਟ ਔਰ ਸ਼ਮਲਾ ਛੱਡਿਆ ਹੋਇਆ ਜੱਟ ਯਮਲੇ ਨੇ, ਔਰ ਜਿਹੜਾ ਸ਼ਮਲੇ ਵਾਲਾ ਜੱਟ ਹੈ ਉਹਦੇ ਨਾਲ ਕੰਮ ਕਰਕੇ ਕਿੰਨਾ ਚੰਗਾ ਲੱਗਿਆ? ਬਹੁਤ ਵਧੀਆ ਲੱਗਾ ਜੀ, ਸਾਰਿਆਂ ਨਾਲ ਹੀ ਕੰਮ ਕਰਕੇ ਬਹੁਤ ਵਧੀਆ ਲੱਗਦਾ, ਕਿਉਂਕਿ ਸਾਰਿਆਂ ਨੇ ਸਮਾਂ ਦਿੱਤਾ ਹੋਇਆ ਇਸ ਲਾਈਨ ਨੂੰ ਨਾ, ਸਾਰਿਆਂ ਨੇ ਇਸ ਇੰਡਸਟਰੀ 'ਚ ਥੋੜ੍ਹਾ ਥੋੜ੍ਹਾ ਸਮਾਂ ਆਪਣਾ ਜ਼ਿੰਦਗੀ ਦਾ ਦਿੱਤਾ ਹੋਇਆ, ਮੈਂ ਹਲੇ ਬਿਲਕੁਲ ਨਵੀਂ ਹਾਂ। ਸੋ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਉਹਨਾਂ ਨੂੰ ਕਿਵੇਂ ਲੱਗਾ, ਕਿਉਂਕਿ ਮੇਰੇ ਲਈ ਤਾਂ ਮੈਂ ਜਿੰਨਾ ਨਾਲ ਵੀ ਕੰਮ ਕਰਦੀ ਹੁਣ ਤਾਂ ਵਧੀਆ ਲੱਗਦਾ ਬਹੁਤ। ਦੂਜੇ ਪਾਸੇ ਇਹ ਵੀ ਫਰਮਾਇਸ਼ ਆ ਰਹੀ ਹੈ ਕਿ ਹੁਣ ਨੈਕਸਟ ਫਿਲਮ ਦੇ ਲਈ ਰਾਈਟਰਸ ਨੂੰ ਅਸੀਂ ਮਿਲਦੇ ਹਾਂ, ਡਾਇਰੈਕਟਰਸ ਨੂੰ ਮਿਲਦੇ ਹਾਂ, ਕਹਿੰਦੇ ਸੁਨੰਦਾ 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 ਸੁਨੰਦਾ। ਅੱਛਾ ਜੀ, ਸੱਚੀ ਗੱਲ ਹੈ ਕਿ ਵੈਸੇ ਹੀ ਕਹਿ ਰਹੇ ਹੋ? ਨਹੀਂ ਨਹੀਂ ਬਿਲਕੁਲ ਸੱਚੀ ਗੱਲ ਹੈ, ਅਸੀਂ ਕੁਝ ਕੈਮਰੇ 'ਤੇ ਕਹਿ ਰਹੇ ਤਾਂ ਸੱਚ ਹੀ ਕਹਿ ਰਹੇ ਹਾਂ। ਮੇਰੇ ਭਾਗ ਚੰਗੇ ਨੇ ਜੀ, ਕਿਸਮਤ ਚੰਗੀ ਹੈ ਜੇ ਆਮ ਲੱਕੀ, ਅਗਰ ਇਹ ਗੱਲ ਸੁਣਨ 'ਚ ਆ ਰਹੀ ਹੈ ਤਾਂ ਵਧੀਆ ਗੱਲ ਹੈ। ਸੋ ਕਾਫੀ ਆਫਰਸ ਆ ਰਹੇ ਆ ਸਾਨੂੰ ਵੀ ਕੰਮ ਦੇ ਲਈ, ਪਰ ਥੋੜ੍ਹੇ ਜਿਹੇ ਮੈਂ ਜਿੱਦਾਂ ਪਹਿਲੀ ਇੰਟਰਵਿਊ 'ਚ ਵੀ ਤੁਹਾਨੂੰ ਦੱਸਿਆ ਸੀ ਕਿ ਮੈਂ ਐਜ਼ ਅ ਸਿੰਗਰ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਚਾਹੁੰਦੀ ਹਾਂ ਪਹਿਲਾਂ। ਸੋ ਹਾਂਜੀ,
ਅੱਛਾ, ਪਟਾਕੇ, ਬਿੱਲੀ ਅੱਖ ਤੇ ਹੁਣ ਜੱਟ ਅਮਲਾ, ਇਹ ਤਿੰਨੇ ਜਿਹੜੇ ਦੇਸੀ ਅੰਦਾਜ਼ ਵਾਲੇ ਸੁਨੰਦਾ ਦੇ ਹੋ ਗਏ, ਪਰ ਸੁਨੰਦਾ ਪਰਸਨਲੀ ਪੜ੍ਹੀ ਲਿਖੀ ਵੀ ਹੈ ਔਰ ਥੋੜ੍ਹੇ ਜਿਹੇ ਸ਼ੈਤਾਨੀਆਂ ਵੀ ਕਰਦੀ ਹੈ ਸਨੈਪਚੈਟ ਤੇ ਇੰਸਟਾਗ੍ਰਾਮ 'ਤੇ ਜਦੋਂ ਵੀਡੀਓਜ਼ ਆਉਂਦੀਆਂ। ਥੋੜ੍ਹਾ ਜਿਹਾ ਹੁਣ ਲੱਗ ਰਿਹਾ ਕਿ ਅਰਬਨ ਕੁਛ ਟਰੈਕ ਆਉਣਾ ਚਾਹੀਦਾ ਨੈਕਸਟ, ਕੁਛ ਪਰਸਨਲੀ ਤੁਹਾਡੀ ਕੁਛ ਫੀਲ ਇੱਦਾਂ ਦੀ? ਅਰਬਨ ਦੇ ਲਈ ਸੀਰੀਅਸਲੀ ਦੱਸਾਂ ਤਾਂ ਹਾਲੇ ਕੋਈ ਪਲਾਨ ਨਹੀਂ, ਮੇਰਾ ਆਪਣਾ ਹਾਲੇ ਮਨ ਨਹੀਂ ਹੈਗਾ ਅਰਬਨ ਦੇ ਲਈ। ਅਸੀਂ ਕਹਿ ਦਿੰਦੇ ਹਾਂ ਅਸੀਂ ਪੰਜਾਬੀਅਤ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹਾਂ, ਉਹਦੇ ਲਈ ਕੰਮ ਕਰੋ। ਮੈਂ ਉਹਦੇ ਲਈ ਹਲੇ ਕੰਮ ਕਰਨਾ ਚਾਹੁੰਦੀ ਹਾਂ। ਨਹੀਂ ਨਹੀਂ, ਮੇਰੇ ਕਹਿਣ ਦਾ ਮਤਲਬ ਸੀਗਾ ਕਿ ਹੁਣ ਅਗਰ ਕਿਸੇ ਦਾ ਟਰੈਕ ਕਾਲਾ ਚਸ਼ਮਾ ਹੀ ਲੈ ਲਓ ਤੁਸੀਂ, ਹੈਗਾ ਤਾਂ ਉਹ ਪੰਜਾਬੀ ਟਰੈਕ ਸੀ ਬਟ ਉਹ ਬਾਲੀਵੁੱਡ ਦੇ ਵਿੱਚ ਚੱਲ ਰਿਹਾ, ਪੰਜਾਬੀ ਤਾਂ ਉਸ ਟਰੈਕ ਦੇ ਨਾਲ ਵੀ ਅੱਗੇ ਵਧ ਰਹੀ ਹੈ। ਬਿਲਕੁਲ ਬਿਲਕੁਲ, ਕੀ ਪਤਾ ਪਟਾਕੇ ਤੇ ਵੀ ਆ ਜਾਏ ਬਾਲੀਵੁੱਡ 'ਚ। ਇਹ ਛੋਟੇ ਸੰਕੇਤ ਮਿਲ ਰਹੇ ਆਪਾਂ ਨੂੰ ਪਟਾਕੇ ਪੈਣ ਵਾਲੇ ਜਲਦੀ ਬਾਲੀਵੁੱਡ 'ਚ। ਗਦਰੀ ਉਹਦੇ ਕਦੋਂ ਆ ਰਹੀ ਹੈ? ਗਦਰੀ ਉਹਦੇ ਵਿੱਚ ਤੁਹਾਡਾ ਕੈਰੈਕਟਰ ਹੈ? ਹਲੇ ਉਹਦੇ ਲਈ ਮੈਨੂੰ ਕੁਛ ਇਨਫੋਰਮੇਸ਼ਨ ਨਹੀਂ ਮਿਲੀ। ਹਾਂਜੀ, ਕੋਈ ਇਨਫੋਰਮੇਸ਼ਨ ਹਲੇ ਨਹੀਂ ਮਿਲੀ ਹੈਗੀ। ਅੱਛਾ, ਤੁਹਾਡੇ ਲਈ ਬੈਸਟ ਮੇਲ ਸਿੰਗਰ ਕਿਹੜੇ ਆ ਬਾਲੀਵੁੱਡ ਦੇ? ਜਿਵੇਂ ਹਾਰਡੀ ਲਈ ਤਾਂ ਸੁਨੰਦਾ ਹੈ ਉਹ ਗਾਉਣ, ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਨਾਲ ਅਗਰ ਗਾਣਾ ਚਾਹਾਂ, ਮੇਰੇ ਨਾਲ ਕੋਈ ਡਿਊਟ ਕਰੇ, ਤਾਂ ਕਿਹੜਾ ਸਿੰਗਰ ਹੋਣਾ ਚਾਹੀਦਾ? ਸਿੰਗਿੰਗ ਵਾਈਜ਼ ਦੇਖਿਆ ਜਾਏ ਤਾਂ ਯੁਵਰਾਜ ਹੰਸ ਜੀ, ਮੈਨੂੰ ਉਹਨਾਂ ਦੀ ਗਾਇਕੀ ਬਹੁਤ ਵਧੀਆ ਲੱਗਦੀ ਹੈ, ਬਹੁਤ ਪਸੰਦ ਹੈ। ਔਰ ਅਗਰ ਸੁਨੰਦਾ ਨੂੰ ਸੋਲੋ ਲੀਡ ਦਾ ਮੌਕਾ ਮਿਲੇ ਕਿਸੇ ਬਾਲੀਵੁੱਡ ਫਿਲਮ ਦੇ ਵਿੱਚ, ਪੰਜਾਬੀ ਸਿਨੇਮਾ ਦੇ ਵਿੱਚ ਕੋਈ ਫਿਲਮ ਆਉਂਦੀ ਹੈ ਔਰ ਲੀਡ ਦੇ ਵਿੱਚ ਤੁਸੀਂ ਆਉਣਾ ਚਾਹੋ, ਤਾਂ ਉਹ ਕਿਹਨਾਂ ਦੇ ਓਪੋਜ਼ਿਟ ਤੁਸੀਂ ਮੰਨਦੇ ਹੋ ਕਿ ਮੈਨੂੰ ਆਉਣਾ ਚਾਹੀਦਾ? ਦਿਲਜੀਤ ਜੀ, ਦਿਲਜੀਤ ਦੋਸਾਂਝ ਜੀ। ਉਹਨਾਂ ਦਾ ਕੋਈ ਟਰੈਕ ਪਸੰਦ ਹੋਵੇ ਤੁਹਾਨੂੰ ਲੇਟੈਸਟ ਕੋਈ? ਉਹਨਾਂ ਦਾ ਤਾਂ ਸਾਰੇ ਵਧੀਆ ਨੇ ਜੀ। ਅੱਛਾ, ਤੁਸੀਂ ਸਨੈਪਚੈਟਸ 'ਤੇ ਬਹੁਤ ਐਕਟਿਵ ਹੈਗੇ ਹੋ, ਹੈ ਨਾ? ਹਾਂਜੀ, ਰੋਜ਼ ਦੀ ਮੈਨੂੰ ਲੱਗਦਾ ਕਾਫੀ, ਮੈਨੂੰ ਲੱਗਦਾ 100 ਤੱਕ ਤਾਂ ਪੈ ਹੀ ਜਾਂਦੀਆਂ ਹੋਣਗੀਆਂ ਸਨੈਪਚੈਟ ਅਗਰ ਤੁਸੀਂ ਟਰੈਵਲ ਕਰ ਰਹੇ ਹੋ ਸ਼ੋਅਸ 'ਤੇ ਜਾ ਰਹੇ ਹੋ। ਸਨੈਪਚੈਟ 'ਤੇ ਸਿਰਫ ਤੇ ਸਿਰਫ ਜੋ ਵੀ ਦੇਖਣ ਨੂੰ ਮਿਲੇਗਾ ਕੰਮ ਦੇ ਰਿਗਾਰਡਿੰਗ ਮਿਲੂਗਾ, ਪਲੱਸ ਡੇਲੀ ਸ਼ੋਅਜ਼ ਹੁੰਦੇ ਆ ਉਹਦਾ ਥੋੜ੍ਹਾ ਪਾ ਦੇਈਦਾ ਹੈ ਕਿ ਚਲੋ ਥੋੜ੍ਹਾ ਜਿਹਾ ਸ਼ੋਅ ਦੇ ਲਈ ਵੀ ਦੇਖਿਆ ਜਾਏ, ਸਾਰਿਆਂ ਨੂੰ ਦਿਖਾ ਦਈਏ ਥੋੜ੍ਹਾ ਜਿਹਾ ਕਿ, ਹੈ ਨਾ? ਅਤੇ ਜਾਂ ਫਿਰ ਜਿਹੜੇ ਜਿਸ ਤਰ੍ਹਾਂ ਹੁਣ 1 ਮਿਲੀਅਨ ਹੋ ਗਿਆ ਸੀ ਵਨ ਡੇ ਦੇ ਵਿੱਚ, ਅਤੇ ਉਹਦੀ ਪੋਸਟ ਅਸੀਂ ਇੱਦਾਂ ਦੀਆਂ ਪੋਸਟਾਂ ਹੁੰਦੀਆਂ ਕਿ ਵੈਲਿਊਏਬਲ ਹੋਵੇ ਕਿਸੇ ਦਾ ਕੰਮ, ਉਹ ਲਾਈਕ ਟਾਈਮ ਨਾ ਵੇਸਟ ਹੋਵੇ। ਤੁਹਾਡੇ ਨਾਲ ਕੋਈ ਪਰਸਨਲੀ ਸ਼ਰਾਰਤ ਹੋਈ ਹੋਵੇ ਸ਼ੋਅਸ ਦੇ ਉੱਤੇ? ਕੋਈ ਛੋਟੇ ਬੱਚੇ ਵੀ ਕਈ ਵਾਰ ਮੈਂ ਦੇਖਿਆ ਸਨੈਪਚੈਟ ਬਣਦੇ ਹੁੰਦੇ ਉਹਨਾਂ ਦੀਆਂ, ਕਿਵੇਂ ਉਹ ਭੰਗੜਾ ਪਾ ਰਹੇ ਨੇ, ਹੈ ਨਾ? ਤੁਹਾਡੇ ਗਾਣੇ 'ਤੇ ਤੁਹਾਡੇ ਨਾਲ ਪਰਸਨਲੀ ਕੋਈ ਸ਼ਰਾਰਤ ਕਿਸੇ ਬੱਚੇ ਨੇ ਕੀਤੀ ਹੋਵੇ? ਹਾਂਜੀ ਹਾਂਜੀ, ਬਹੁਤ ਆਉਂਦੇ ਆ। ਇੱਕ ਬੱਚਾ ਆਇਆ ਸੀ ਅਤੇ ਉਹ ਇੱਧਰੋਂ ਆਉਂਦਾ ਸੀ, ਇੱਧਰੋਂ ਛੇੜ ਜਾਂਦਾ ਸੀ ਮੈਨੂੰ ਦੀਦੀ, ਅਤੇ ਇੱਧਰ ਭੱਜ ਜਾਂਦਾ ਸੀ, ਇੱਧਰੋਂ ਆਉਂਦਾ ਸੀ, ਇੱਧਰ ਭੱਜ ਜਾਂਦਾ, ਫਿਰ ਮੈਨੂੰ ਐਂ ਕਹਿੰਦੇ ਪਟਾਕੇ ਪਾਉਣ ਨੂੰ, ਅਤੇ ਇੱਧਰ ਹੀ ਬਹੁਤ ਸ਼ਰਾਰਤਾਂ ਹੁੰਦੀਆਂ, ਬੱਚੇ ਬਹੁਤ ਸ਼ਰਾਰਤਾਂ ਕਰਦੇ। ਹੁਣ ਜੱਟ ਅਮਲਾ ਹੋ ਜਾਵੇ। ਹਾਂਜੀ, ਜੱਟ ਅਮਲਾ। ਉਹ ਹੋਣਾ ਆਪਣਾ ਵਿਆਹ ਤੇ ਅਲੱਗ ਹਾਣੀਆਂ, ਜਿਹਨੂੰ ਖੜ ਖੜ ਵੇਖੂ ਸਾਰਾ ਜੱਗ ਹਾਣੀਆਂ। ਹੋਣਾ ਆਪਣਾ ਵਿਆਹ ਤੇ ਅਲੱਗ ਹਾਣੀਆਂ, ਜਿਹਨੂੰ ਖੜ ਖੜ ਵੇਖੂ ਸਾਰਾ ਜੱਗ ਹਾਣੀਆਂ। ਪੁਰਾਣੇ ਸਮਿਆਂ ਦੇ ਵਾਂਗ ਹੀ ਤੂੰ ਬਣ ਕੇ ਆ ਜਾਵੀਂ ਜੱਟ ਅਮਲਾ। ਅੱਛਾ, ਜਿਹੜਾ ਕਰੈਕਟਰ ਇਸ ਸੌਂਗ ਦੇ ਵਿੱਚ ਪਰਫਾਰਮ ਕੀਤਾ, ਜਿਹੜੇ ਤੁਸੀਂ ਇਸ਼ਾਰੇ ਕਰੋ ਕਠਪੁਤਲੀ ਵਾਲਾ, ਉਸ ਕਰੈਕਟਰ ਦੇ ਵਿੱਚ ਆਉਣ ਲਈ ਕਿੰਨਾ ਕੁ ਟਾਈਮ ਲੱਗਿਆ, ਕਿੰਨਾ ਕੁ ਉਹਦੇ ਲਈ ਤੁਹਾਨੂੰ ਪ੍ਰੈਕਟਿਸ ਕਰਨੀ ਪਈ? ਉਹ ਥੋੜ੍ਹਾ ਜਿਹਾ ਟਫ ਸੀਗਾ, ਉਹ ਡਿਫੀਕਲਟ ਸੀਗਾ, ਬਿਕੋਜ਼ ਹੱਥ ਬੰਨੇ ਹੋਏ ਸੀ ਅਤੇ ਉਹ ਉੱਪਰ ਟਾਈਟ ਸੀਗੀਆਂ ਰੱਸੀਆਂ, ਅਤੇ ਜਿਸ ਤਰ੍ਹਾਂ ਮੈਂ ਇੱਥੇ ਹੱਥ ਰੱਖਦੀ ਸੀ ਉਹ ਟਾਈਟ ਹੋਣ ਦੀ ਵਜ੍ਹਾ ਨਾਲ ਆਪਣੇ ਆਪ ਹੀ ਹੱਥ ਉੱਪਰ ਜਾਂਦਾ ਸੀ ਉਹਨੂੰ ਕੰਟਰੋਲ। 5 ਸਾਲ ਬਾਅਦ ਸੁਨੰਦਾ ਕਿੱਥੇ ਦੇਖਦੇ ਆਪਣੇ ਆਪ? ਮੈਂ ਜੋ ਮੇਰੀ ਤਮੰਨਾ ਹੈ ਕਿ ਥੋੜ੍ਹਾ ਕੱਦ ਹੋਰ ਉੱਚਾ ਹੋ ਜਾਵੇ ਮੇਰੇ ਕੰਮ ਨੂੰ ਲੈ ਕੇ। ਹਾਂਜੀ, ਸੋ 5 ਸਾਲਾਂ ਤੱਕ ਮੈਂ ਦੇਖੋ ਮਿਹਨਤ ਕਰ ਰਹੀ ਹਾਂ, ਮਿਹਨਤ ਕਰਾਂਗੀ ਔਰ ਮੈਨੂੰ